ਯੂਪੀ ਦੇ ਗਾਜ਼ੀਆਬਾਦ ਵਿੱਚ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਧਰਮ ਨੂੰ ਧੋਖਾਧੜੀ ਦਾ ਆਧਾਰ ਬਣਾਇਆ ਜਾ ਰਿਹਾ ਹੈ। ਇਸ ਘਟਨਾ ਨੇ ਸਾਈਬਰ ਅਪਰਾਧੀਆਂ ਦੀ ਚਲਾਕੀ ਅਤੇ ਸੋਚ ਦਾ ਨਵਾਂ ਰੂਪ ਉਜਾਗਰ ਕੀਤਾ ਹੈ। ਇਸ ਵਾਰ ਠੱਗਾਂ ਨੇ ਆਪਣੀ ਧਾਰਮਿਕ ਪਛਾਣ ਦੇ ਆਧਾਰ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਸਾਈਬਰ ਠੱਗਾਂ ਨੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਧੋਖਾਧੜੀ ਦੀ ਸੰਭਾਵਨਾਵਾਂ ਨੂੰ ਭਾਂਪਦਿਆਂ ਵਿਅਕਤੀ ਨੇ ਇੱਕ ਸਮਝਦਾਰੀ ਵਾਲਾ ਕਦਮ ਚੁੱਕਿਆ। ਉਸਨੇ ਆਪਣਾ ਅਸਲੀ ਨਾਮ ਦੱਸਣ ਦੀ ਬਜਾਏ ਇੱਕ ਮੁਸਲਿਮ ਨਾਮ ਦਿੱਤਾ, ਜਿਸ ਤੋਂ ਬਾਅਦ ਠੱਗ ਨੇ ਤੁਰੰਤ ਕਾਲ ਕੱਟ ਦਿੱਤੀ। ਇਹ ਘਟਨਾ ਸਾਬਤ ਕਰਦੀ ਹੈ ਕਿ ਧੋਖੇਬਾਜ਼ ਹੁਣ ਧਰਮ ਦੇ ਆਧਾਰ 'ਤੇ ਲੋਕਾਂ ਨੂੰ ਠੱਗਣ ਲਈ ਵੱਖ ਵੱਖ ਚਾਲਾਂ ਦਾ ਸਹਾਰਾ ਲੈ ਰਹੇ ਨੇ। ਇਸ ਘਟਨਾ ਦਾ ਸਬੂਤ ਕਾਲ ਰਿਕਾਰਡਿੰਗ ਤੋਂ ਮਿਲਿਆ ਹੈ, ਜਿਸ ਵਿੱਚ ਸਾਈਬਰ ਠੱਗ ਨੇ ਪਹਿਲਾਂ ਵਿਅਕਤੀ ਦਾ ਨਾਂ ਪੁੱਛਿਆ ਅਤੇ ਫਿਰ ਉਸਦੇ ਧਰਮ ਦੀ ਪੁਸ਼ਟੀ ਕੀਤੀ। ਜਿਵੇਂ ਹੀ ਵਿਅਕਤੀ ਨੇ ਆਪਣਾ ਨਾਮ ਮੁਸਲਿਮ ਦੱਸਿਆ, ਠੱਗ ਨੇ ਉਸਨੂੰ ਕਿਹਾ ਕਿ ਇਹ ਕਾਲ ਤੁਹਾਡੇ ਲਈ ਨਹੀਂ ਹੈ। ਇਸ ਤੋਂ ਬਾਅਦ ਕਾਲ ਤੁਰੰਤ ਕੱਟ ਦਿੱਤੀ ਗਈ। ਯੂਪੀ ਦੇ ਗਾਜ਼ੀਆਬਾਦ ਵਿੱਚ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਧਰਮ ਨੂੰ ਧੋਖਾਧੜੀ ਦਾ ਆਧਾਰ ਬਣਾਇਆ ਜਾ ਰਿਹਾ ਹੈ। ਇਸ ਘਟਨਾ ਨੇ ਸਾਈਬਰ ਅਪਰਾਧੀਆਂ ਦੀ ਚਲਾਕੀ ਅਤੇ ਸੋਚ ਦਾ ਨਵਾਂ ਰੂਪ ਉਜਾਗਰ ਕੀਤਾ ਹੈ। ਇਸ ਵਾਰ ਠੱਗਾਂ ਨੇ ਆਪਣੀ ਧਾਰਮਿਕ ਪਛਾਣ ਦੇ ਆਧਾਰ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਸਾਈਬਰ ਠੱਗਾਂ ਨੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਧੋਖਾਧੜੀ ਦੀ ਸੰਭਾਵਨਾਵਾਂ ਨੂੰ ਭਾਂਪਦਿਆਂ ਵਿਅਕਤੀ ਨੇ ਇੱਕ ਸਮਝਦਾਰੀ ਵਾਲਾ ਕਦਮ ਚੁੱਕਿਆ। ਉਸਨੇ ਆਪਣਾ ਅਸਲੀ ਨਾਮ ਦੱਸਣ ਦੀ ਬਜਾਏ ਇੱਕ ਮੁਸਲਿਮ ਨਾਮ ਦਿੱਤਾ, ਜਿਸ ਤੋਂ ਬਾਅਦ ਠੱਗ ਨੇ ਤੁਰੰਤ ਕਾਲ ਕੱਟ ਦਿੱਤੀ। ਇਹ ਘਟਨਾ ਸਾਬਤ ਕਰਦੀ ਹੈ ਕਿ ਧੋਖੇਬਾਜ਼ ਹੁਣ ਧਰਮ ਦੇ ਆਧਾਰ 'ਤੇ ਲੋਕਾਂ ਨੂੰ ਠੱਗਣ ਲਈ ਵੱਖ ਵੱਖ ਚਾਲਾਂ ਦਾ ਸਹਾਰਾ ਲੈ ਰਹੇ ਨੇ। ਇਸ ਘਟਨਾ ਦਾ ਸਬੂਤ ਕਾਲ ਰਿਕਾਰਡਿੰਗ ਤੋਂ ਮਿਲਿਆ ਹੈ, ਜਿਸ ਵਿੱਚ ਸਾਈਬਰ ਠੱਗ ਨੇ ਪਹਿਲਾਂ ਵਿਅਕਤੀ ਦਾ ਨਾਂ ਪੁੱਛਿਆ ਅਤੇ ਫਿਰ ਉਸਦੇ ਧਰਮ ਦੀ ਪੁਸ਼ਟੀ ਕੀਤੀ। ਜਿਵੇਂ ਹੀ ਵਿਅਕਤੀ ਨੇ ਆਪਣਾ ਨਾਮ ਮੁਸਲਿਮ ਦੱਸਿਆ, ਠੱਗ ਨੇ ਉਸਨੂੰ ਕਿਹਾ ਕਿ ਇਹ ਕਾਲ ਤੁਹਾਡੇ ਲਈ ਨਹੀਂ ਹੈ। ਇਸ ਤੋਂ ਬਾਅਦ ਕਾਲ ਤੁਰੰਤ ਕੱਟ ਦਿੱਤੀ ਗਈ।